ਸਤਿ ਸ਼੍ਰੀ ਅਕਾਲ ਜੀ, ਸਾਡਾ ਅੱਜ ਸ਼ੂਟ ਹੈਗਾ ਕਰਨ ਔਜਲਾ ਰਿਹਾਨ ਪ੍ਰੋਡਕਸ਼ਨ ਟੈਂਟਾ। ਸੋ ਅਸੀਂ ਸ਼ੁਰੂ ਤੋਂ ਹੀ ਜੁੜੇ ਹੋਏ ਹਾਂ ਜੀ ਇੱਕ ਦੂਸਰੇ ਦੇ ਨਾਲ। ਜਦੋਂ ਅਸੀਂ ਮੈਂ ਵੀ ਨਵਾਂ ਕੰਮ ਸਟਾਰਟ ਕੀਤਾ ਸੀ, ਮੈਨੂੰ ਦੋ ਕੁ ਸਾਲ ਹੋ ਗਏ ਸੀਗੇ ਵੈਸੇ, ਫਿਰ ਕਰਨ ਮਿਲਿਆ ਸੀਗਾ ਮੈਨੂੰ। ਅਤੇ ਉਸ ਤੋਂ ਬਾਅਦ ਵਿੱਚ ਬਹੁਤ ਸਾਰਿਆਂ ਨੇ ਮਿਹਨਤ ਕੀਤੀ ਅਤੇ ਮਿਹਨਤ ਕਰਕੇ ਤੁਸੀਂ ਸਾਰਿਆਂ ਨੇ ਪਿਆਰ ਦਿੱਤਾ ਅਤੇ ਅੱਜ ਤੁਸੀਂ ਸਾਨੂੰ ਜਿਹੜਾ ਵੀ ਅਸੀਂ ਕੰਮ ਕਰਦੇ ਉਹਨੂੰ ਸਵੀਕਾਰ ਦਿਓ, ਤੁਹਾਨੂੰ ਅਸੈਪਟ ਕਰਦੇ ਹੋ, ਅਤੇ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ। ਅਤੇ ਅਸੀਂ ਟਰਾਈ ਕਰਦੇ ਰਹਿੰਦੇ ਹਾਂ ਕਿ ਨਵੇਂ ਨਵੇਂ ਗਾਣੇ ਤੁਹਾਡੇ ਲਈ ਬਣਾਉਂਦੇ ਰਹੀਏ। ਸੋ ਅੱਜ ਅਸੀਂ ਕੁੜਤਾ, ਹੁਣ ਨਾਮ ਮੈਨੂੰ ਪਤਾ ਨਹੀਂ ਗਾ ਹਜੇ ਕੀ ਰੱਖਣਾ, ਕਰਨ ਔਜਲਾ ਫੀਮੇਲ ਸਿੰਗਰ ਹਜੇ ਅਸੀਂ ਡਿਸਾਈਡ ਨਹੀਂ ਕੀਤਾ ਕਿ ਮੇਰੇ ਖਿਆਲ 'ਚ ਗੁਰਲੇਜ ਅਖਤਰ ਜੀ ਹੋਣਗੇ, ਅਤੇ ਬਾਕੀ ਦੇਖਦੇ ਹਾਂ। ਵੀਡੀਓ ਸਾਡੀ 10+1 ਕ੍ਰੀਏਸ਼ਨ ਟੀਮ, ਫਿਰ ਲੰਡਨ ਟ੍ਰਿਪ ਤੋਂ ਬਾਅਦ ਵਿੱਚ ਨਵੰਬਰ ਦਾ ਮਹੀਨਾ ਚੱਕ ਦਿਓ। ਤੁਹਾਨੂੰ ਤੁਸੀਂ ਪਹਿਲਾਂ ਇੱਥੇ ਖੜ੍ਹੇ ਹਾਂ ਨਾ, ਵੇਟ ਕਰਦੇ ਹੋ ਕਿ ਉਹ ਜੀਪ ਲੈ ਕੇ ਉੱਥੋਂ ਐਂਟਰ ਹੋ ਗਿਆ, ਫਿਰ ਉਹਨੂੰ ਦੇਖਣਾ ਥੋੜ੍ਹਾ ਗੁੱਸੇ 'ਚ, ਅਤੇ ਫਿਰ ਤੁਸੀਂ ਨੋਟਿਸ ਕਰਨਾ ਕਿ ਉਹਦੇ ਕੁੜਤੇ 'ਤੇ ਬਲੱਡ ਦੇ ਲੱਗੇ ਆ, ਫਿਰ ਤੁਸੀਂ ਥੋੜ੍ਹਾ ਵਰੀਡ ਹੋ ਜਾਣਾ। ਫਿਰ ਉਸ ਤੋਂ ਬਾਅਦ 'ਚ ਥੋੜ੍ਹਾ 1, 2, 3, 4 ਦੈਨ ਹੀ ਵਿਲ ਕਮ ਅਪ ਟੂ ਯੂ, ਦੈਨ ਵੀ ਵਿਲ ਡੂ ਦਾ ਲਿਪ ਸਿੰਕ। ਖੂਨ ਆਉਣ ਲੱਗੇ, ਲਹੂ ਮੰਗੇ ਇਨਸਾਫ ਈ ਰਹਾ। ਹੁਣ ਪਹਿਲਾ ਸ਼ਾਟ ਕੀ ਹੈ, ਦੋ ਸ਼ਾਟ ਇੱਥੇ, ਇੱਕ ਤਾਂ ਡਰੋਨ ਨਾਲ, ਉਦੋਂ ਪਹਿਲਾਂ ਆਹ ਜੀਪ ਦਾ, ਜੀਪ ਜਾਂਦੀ ਹੈ ਅਤੇ ਉਹ ਪੌੜੀਆਂ ਦੇ ਅੱਗੇ ਖੜਾ ਦਿੰਦੇ। ਨਵੇਂ ਗਾਣੇ ਦਾ ਦੂਸਰਾ ਪਾਰਟ ਅਸੀਂ ਸ਼ੂਟ ਕਰਨ ਲੱਗਿਆ ਹੁਣ। ਸੋ ਲਾਈਟਿੰਗ ਚੇਂਜ ਹੋ ਗਈ, ਸਾਰਾ ਕੁਛ, ਆਫਟਰ ਲੰਚ ਸ਼ਿਫਟ ਇਨ ਹੋ ਗਿਆ, ਤੋ ਦੇਖਦੇ ਹਾਂ ਕੀ ਬਣਦਾ। ਇਸ ਰੋਮਾਂਚਕ ਉਹ ਬੰਦੇ ਹੱਸ ਰਹੇ ਆ, ਦੇਖੋ ਉਹ ਦੇਖੋ ਉਹ ਦੇਖੋ ਦੇਖੋ, ਸ਼ਰਮਾ ਵੀ ਰਹੇ ਆ ਨਾਲ ਕਿਡਸ। ਆਖਦੇ ਸੀ ਲੋਕਾਂ ਨੂੰ ਕਿ ਧੱਕਾ ਕਰਨਾ, ਬੋਲਦੇ ਸੀ ਕਿ ਕਿਸੇ ਧੱਕਾ ਕਰਨਾ, ਹੱਲ ਮੈਨੂੰ ਪੈ ਗਿਆ ਸੀ ਪੱਕਾ ਕਰਨਾ, ਸਾਰਾ ਨਿਬੜ ਗਿਆ। ਲਓ ਜੀ ਸ਼ੂਟ ਕਰੀ ਜਾਂਦੇ ਹਾਂ, ਗਾਣੇ ਦਾ ਨਾਮ ਹੈ ਚਿੱਟਾ ਕੁੜਤਾ, ਜਿਹੜਾ ਕਿ ਖੂਨ ਨਾਲ ਲਿਪੜ ਗਿਆ। ਵੀਰੇ ਨੇ ਐਂਡ ਕਨਸੈਪਟ ਬਣਾਇਆ, ਹੁਣੀ ਬਣਿਆ, ਹੁਣੀ ਬਣਿਆ, 10 ਕੁ ਮਿੰਟ ਹੋਏ ਨੇ, ਘੈਂਟ ਬਣਿਆ ਬਹੁਤ ਜ਼ਿਆਦਾ। ਹੋਪਫੁਲੀ ਤੁਸੀਂ ਸਾਰਿਆਂ ਨੇ ਲਾਈਕ ਕੀਤਾ ਹੋਊ, ਆਪਾਂ ਵੀਡੀਓ ਬਾਅਦ 'ਚ ਪਾਉਣੀ ਹੈ ਨਾ। ਸੋ ਥੈਂਕ ਯੂ ਸੋ ਮਚ, ਤੁਸੀਂ ਸਾਰੇ ਇੰਨੀ ਸਪੋਰਟ ਕਰਦੇ ਹੋ ਆਲਵੇਜ਼, ਸਪੈਸ਼ਲੀ ਜਿਹੜੇ ਗਾਣੇ ਅਸੀਂ ਇਕੱਠੇ ਬਣਾਉਂਦੇ ਹਾਂ, ਬਹੁਤ ਘੈਂਟ ਸਪੋਰਟ ਕਰਦੇ, ਤੁਸੀਂ ਹਿੱਟ ਹੀ ਜਾਂਦੇ ਆ ਬਸ। ਅਤੇ ਉਹ ਵੀ ਆਪਣਾ ਡੋਂਟ ਵਰੀ ਐਂਡ ਵਾਲਾ, ਉਹ ਵੀ ਆਪਾਂ ਐਂਡ 'ਤੇ ਹੀ ਸੋਚਿਆ ਸੀ ਨਾ, ਟੂ ਵਜੇ ਸਹੀ ਗੱਲ ਹੈ, ਉਹ ਵੀ ਐਂਡ ਹੋਇਆ, ਰਿਵਰਸ ਜੰਜ ਵੀ ਐਂਡ ਹੋਇਆ, ਫਿਰ ਵੀ ਘੈਂਟ ਹੋਇਆ, ਪ੍ਰੋਪਰਟੀ ਆਫ ਪੰਜਾਬ ਵੀ ਘੈਂਟ ਹੋਇਆ ਸੀ ਬਾਈ, ਪਹਿਲਾਂ ਹਾਂ ਕਰਨ ਦਾ ਪਹਿਲਾ ਸੌਂਗ ਹੈ ਕਈ ਪ੍ਰੋਪਰਟੀ ਆਫ ਪੰਜਾਬ, ਤੈਨੂੰ ਪਤਾ ਵੀ ਨਹੀਂ ਹੋਣਾ, ਸਰਚ ਕਰਕੇ ਦੇਖੋ ਪ੍ਰੋਪਰਟੀ ਆਫ ਪੰਜਾਬ ਕਰਨ ਦਾ ਪਹਿਲਾ ਸ਼ੂਟ ਸੀ ਜਿਹੜਾ, ਬਹੁਤ ਘੈਂਟ ਉੱਥੇ ਕੁੜਤੇ ਪਏ ਸੀ ਨਾ, ਸਹੀ ਕਿਹੜੇ ਸੰਚ ਕਿਤੇ, ਮਤਲਬ 2014 'ਚ। ਹਾਂਜੀ, ਸੋ ਪ੍ਰੋ
ਪੁੱਤਰ ਨਾ ਬਸ ਇੱਧਰ ਦਾ ਹੀ ਆ ਗੁੱਸਾ ਉਹਨੇ ਗੁੱਸਾ ਆ ਉਹ ਕਿਤੇ ਚੱਲਿਆ ਤੂੰ ਚੱਲੇ ਇੱਥੇ ਆ ਦੱਸ ਦੇ ਮੈਂ ਕੀ ਕਿਹਾ ਉੱਪਰੋਂ ਐਕਸ਼ਨ ਥੋੜਾ ਲਾਊਡ ਐਕਟਿੰਗ ਐਕਟ ਲਾਊਡ ਕਰਨਾ ਬਾਅਦ ਆਪਾਂ ਹਰੇਕ ਗੱਲਬਾਤ ਕਿਆ ਕਰ ਗੱਲਬਾਤ ਬਾਅਦ ਕਿਆ ਕਰਨਾ ਚਲੋ ਜੀ ਚਲੋ ਜੀ ਚਲੋ ਜੀ ਰੋਲ ਸਪੈਸ਼ਲ ਗੈਸਟ ਟੂਡੇ ਸ਼ੰਮੀ ਸ਼ੰਮੀ ਵੀਰਾ ਸਾਡਾ ਜਿਹੜਾ ਫਸਟ ਟਾਈਮ ਫਸਟ ਐਵਰ ਸਾਡਾ ਬਲੌਗ ਸੀਗਾ ਸ਼ੰਮੀ ਨੇ ਬਣਾਇਆ ਸੀ ਨਾ ਹਾਂਜੀ ਐਂਡ ਹੁਣ ਸ਼ੰਮੀ ਸਾਡੇ ਅਮਰਿੰਦਰ ਭਾਅ ਜੀ ਹੁਣਾਂ ਨਾਲ ਹੁੰਦਾ ਹੀ ਇਜ਼ ਡੂਇੰਗ ਆਲ ਦਾ ਪੇਪਰ ਵਰਕ ਐਂਡ ਸਟੱਫ ਹੀ ਇਜ਼ ਡੂਇੰਗ ਗ੍ਰੇਟ ਬੋਰਿੰਗ ਬੋਰਿੰਗ ਸਟੱਫ ਨਹੀਂ ਹੀ ਇਜ਼ ਡੂਇੰਗ ਗ੍ਰੇਟ ਐਂਡ ਜਿੰਨੀ ਵੀ ਤੁਸੀਂ ਐਫਰਟ ਦੇਖਦੇ ਹੋ ਕਿੱਥੋਂ ਆਉਂਦੇ ਆਰਟਿਸਟ ਕੀ ਕਰਦੇ ਆ ਲੋਕੇਸ਼ਨਸ ਪਰਮਿਸ਼ਨਸ ਐਵਰੀਥਿੰਗ ਸੋ ਸ਼ੰਮੀ ਹੈਂਡਲ ਕਰਦਾ ਸਾਡੀ ਮੂਵੀ ਦੀ ਲਾਈ ਜਾ ਰਹੀਆਂ ਦੀ ਵੀ ਇਹਨੇ ਹੈਂਡਲ ਕੀਤੀ ਸੋ ਅੱਜ ਸਾਨੂੰ ਵਿਜ਼ਿਟ ਕਰਨ ਆਇਆ ਆਈ ਹੈਵ ਬਿਗ ਰਿਸਪੈਕਟ ਫੋਰ ਹਿਮ ਅੱਛਾ ਇਹਨੇ ਜਦੋਂ ਮੈਨੂੰ ਪਹਿਲੀ ਵਾਰ ਫੋਨ ਕੀਤਾ ਸੀ ਨਾ ਇਹ ਕਹਿੰਦਾ ਮੈਂ ਉੱਦਾਂ ਹੀ ਬਲੱਫ ਮਾਰਿਆ ਸੀਗਾ ਵੀ ਚੱਲ ਮੈਨੂੰ ਆਉਂਦਾ ਸਾਰਾ ਕੁਝ ਤੇ ਮੈਂ ਕਰ ਦਿੰਦਾ ਬਸ ਕੰਮ ਕੰਪਿਊਟਰ ਹੈਗੀ ਐਡੀਟਿੰਗ ਆਉਂਦੀ ਹੈ ਕੈਮਰਾ ਐਕਚੁਅਲੀ ਇੱਕ ਦਿਨ ਪਹਿਲਾਂ ਹੀ ਖਰੀਦਿਆ ਸੀ ਸੋ ਇੱਥੋਂ ਸਿੱਖਣਾ ਚਾਹੀਦਾ ਕਿ ਟਰਾਈ ਕਰਨਾ ਚਾਹੀਦਾ ਆਪਾਂ ਨੂੰ ਕੌਨਫੀਡੈਂਸ ਇਜ਼ ਐਵਰੀਥਿੰਗ ਯੈਸ ਕੌਨਫੀਡੈਂਸ ਐਵਰੀਥਿੰਗ ਠੀਕ ਹੈ ਅਤੇ ਆਪਣਾ ਸ਼ੂਟ ਦੀ ਕੀ ਅਪਡੇਟ ਹੈ ਆਪਣੇ ਬਸ ਅਸੀਂ ਨੈਕਸਟ ਸਿੰਕ ਸ਼ੂਟ ਕਰਨ ਲੱਗੇ ਹਾਂ ਅਤੇ ਸੋ ਫਾਰ ਗੁੱਡ ਚੱਲ ਰਿਹਾ ਅੱਜ ਬਾਬੇ ਨੇ ਸਾਨੂੰ ਬਹੁਤ ਵਧੀਆ ਦਿਨ ਦਿੱਤਾ ਕਿ ਮੀਂਹ ਨਹੀਂ ਪੈ ਰਿਹਾ ਸੀਗਾ ਅਤੇ ਡੂਇੰਗ ਗ੍ਰੇਟ ਬਾਕੀ ਗੱਡੀ ਨਵੀਂ ਲੜੀ ਹਾਂ ਗੱਡੀ ਨਵੀਂ ਲੜੀ ਜੀ ਅੱਜ ਸਾਡਾ ਹੈਗਾ ਡੇ 2 ਡੇ 2 ਮਤਲਬ ਕਿ ਦੂਜਾ ਦਿਨ ਪਰ ਕੱਪੜੇ ਡੇ 1 ਨਾਲ ਹੀ ਨੇ ਹਾਂ ਕਿਉਂਕਿ ਕੰਟੀਨਿਊਟੀ ਆ ਸਟੋਰੀ ਕੰਟੀਨਿਊਟੀ ਐਵਰੀਥਿੰਗ ਯੂ ਨੋ ਸੁਖ ਸੰਗੇੜਾ ਮੈਨ ਠੀਕ ਠਾਕ ਨੰਬਰ ਸੋ ਸਾਡਾ ਬਹੁਤ ਹੀ ਵਧੀਆ ਕੱਲ ਸ਼ੂਟ ਰਿਹਾ ਜੀ ਕੱਲ ਖਿੱਚ ਕੇ ਲਾ ਲਿਆ ਸੀ ਅਸੀਂ ਅੱਜ ਥੋੜਾ ਜਿਹਾ ਡਿਲੇ ਚੱਲ ਰਿਹਾ ਪਰ ਦਿਨ ਵਧੀਆ ਤੇ ਈਵਨਿੰਗ ਤੱਕ ਦਿਨ ਵੀ ਵਧੀਆ ਆਰਟਿਸਟ ਵੀ ਵਧੀਆ ਵਨ ਟੇਕ ਯੂ ਨੋ ਯੈਸ ਵਨ ਟੇਕ ਆਰਟਿਸਟ ਸਿੱਖਿਆ ਆ ਸਿੱਖੇ ਬਾਬਾ ਜੀ ਸੁਲਝੇ ਹੋਏ ਆ ਹੁਣ ਤਾਂ ਝੋਨਾ ਵੀਡੀਓ ਦੇਖੀ ਮੈਂ ਦੇਖੀ ਕੋਠੇ ਦੇ ਸਪੀਕਰ ਲਾਈ ਰੱਖਣਾ ਨਹੀਂ ਅਸੀਂ ਕੋਠੇ ਤੇ ਪਹਿਲੇ ਦਿਨਾਂ ਤੋਂ ਫੈਨ ਆ ਮੈਂ ਸਾਡਾ ਛੋਟਾ ਭਰਾ ਡੇ ਫਰੋਮ ਡੇ 1 ਹਨਾ ਯੈਸ ਮੈਮ ਤੇ ਬਾਕੀ ਅੱਜ ਦੇਖਦੇ ਹਾਂ ਕੀ ਕੀ ਕੰਪਲੀਕੇਸ਼ਨਸ ਆਉਂਦੀਆਂ ਕੀ ਵਧੀਆ ਹੋ ਰਿਹਾ ਸ਼ਾਰਟ ਲੈਣਗੇ ਰਨਿੰਗ ਸ਼ਾਰਟ ਜੀਪਾਂ ਦੇ ਉਹ ਦੇਖੋ ਜੀਪਾਂ ਭੱਜ ਗਈਆਂ ਬੈਗ ਹੀ ਖਿੱਚਦੀਆਂ ਕਹਿੰਦੇ ਪਿੱਛੇ ਨੂੰ ਵੀ ਇੰਨੀ ਭੱਜ ਦੀਆਂ ਜਿੰਨੀਆਂ ਮੂਹਰ ਨੂੰ ਭੱਜ ਦੀਆਂ ਨਾ ਸੋ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਬੈਕ ਅਤੇ ਕੈਮਰਾ ਬਿਹਾਇੰਡ ਦਾ ਸੀਨ ਬਿੱਟੂ ਪੀਸ ਅਤੇ ਨਾ ਸਾਡੇ ਤਰਨ ਬਾਏ ਬਾਏ 25,000 ਜੀਪ ਆ ਓਨਲੀ ਹਾਂ ਇੰਨੀ ਬਣੀ ਸੀ ਤਾਂ ਥਾਰ ਥੂਰ ਵੀ ਆਪ ਇੱਧਰੋਂ ਜਾਂਦੀ ਹੋਵੇ ਤਾਂ ਉਹ ਯਾਰ ਕਿੱਧਰ ਤੁਰਿਆ ਫਿਰਦਾ ਸਟਾਰ ਮਹਿੰਦਰਾ ਜੀ ਉਹ ਮਹਿੰਦਰਾ ਆਪਣਾ ਕਿੱਥੇ ਫੋਲਡ ਕਿੱਥੇ ਪੈਂਥਰ ਵੀਰੇ ਆਹ ਵੈਨ ਕੱਢ ਕੇ ਆਹ ਮੈਂ ਕਿਹਾ ਵੈਨ ਕੱਢ ਕੇ ਸਮਾਨ ਕੱਢ ਕੇ ਆਪਾਂ ਫਿਰ ਉੱਥੇ ਇੱਥੇ ਕਰ ਲੈਣਾ ਬਾਹਰ ਹੀ ਬਾਹਰ ਵਧੀਆ ਲੱਗੂ ਬਾਹਰ ਵਧੀਆ ਲੱਗੂ ਠੀਕ ਹੈ ਅੱਖ ਦੇਖ ਜੂ ਆ ਰਿਹਾ ਹੈਗਾ
ਫਿਰ ਤਾਂ ਟਾਈਮ ਬਹੁਤ ਲੱਗ ਜਾਣਾ ਉਹਨੂੰ। ਸੋ ਕੁੜਤਾ ਇਹ ਭੁੱਲਿਆ ਹੀ ਘਰੇ, ਉਹ ਗਿਆ ਸੇਮ ਹੀ ਨਾਲੇ ਲਿਓ ਬਲੱਡ ਲਿਆ। ਚਲੋ ਜੀ, ਚਲੋ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਾਡਾ ਲਾਸਟ ਸ਼ੋਟ ਅੱਖਾਂ ਤੋਂ ਦੇਖ ਰਿਹਾ ਸੀ, ਲਿਟਰਲੀ ਕੁੜੀ ਕੰਬੀ ਜਾਂਦੀ ਹੈ ਵਿਚਾਰੀ ਨੇ, ਬਹੁਤ ਮਿਹਨਤ ਕੀਤੀ ਠੰਡ ਦੇ ਵਿੱਚ ਅਤੇ ਨੀਂਦ ਆ ਜਾਂਦੀ ਹੈ ਜੀ। ਅਤੇ ਲਾਸਟ ਸ਼ੋਟ ਆ ਸਾਡਾ ਵੀਡੀਓ ਦਾ, ਟਾਈਮ ਕਿੰਨਾ ਆਇਆ? ਲਾਸਟ ਬਟ ਨੋਟ ਲੀਸਟ। ਯੈਸ, ਨੋਟ ਲੀਸਟ। 1:30 ਵੱਜ ਗਿਆ ਮੈਨੂੰ ਪਤਾ, 3-4 ਵੱਜ ਜਾਣੇ ਇੱਥੇ ਅੱਜ। ਬਿੰਗੋ। ਸ਼ੂਟ ਬਹੁਤ ਵਧੀਆ ਚੱਲ ਰਿਹਾ ਜੀ। ਹੋਰ ਕੁਛ? ਆਪਣਾ ਆਖਰੀ ਸੈਟਅਪ ਹੈ। ਆਖਰੀ ਪੱਕਾ? ਕਦੇ ਉਹ ਤਾਂ ਨਹੀਂ ਲੈ ਕੇ ਜਾਣਾ? ਬਸ ਇਹ ਠੀਕ ਹੈ। ਆ ਮੁੰਡਾ ਇਹ ਬਹੁਤ ਜਲਦੀ ਕਾਲੀ ਵੀ ਘਰੇ ਜਾਣਾ, ਕਹਿੰਦਾ ਘਰੇ ਜਾਣਾ, ਜਲਦੀ ਭੇਜੋ ਇਹਨੂੰ। ਕਿੱਦਾਂ ਕਿੱਦਾਂ ਕੀ ਕਿਹਾ? ਮੈਂ ਕਿਹਾ ਪਰਫਾਰਮ ਵਧੀਆ ਹੀ, ਅਸੀਂ ਬੈਠ ਕੇ ਦੇਖਣਾ ਚਾਹੁੰਦੇ ਹਾਂ ਇਹ। ਨੀਂਦ ਆਉਂਦੀ ਹੈ ਵੀਰੇ, ਨੀਂਦ ਆ ਰਹੀ ਹੈ ਬੜੀ ਜ਼ਿਆਦਾ। ਟਾਈਮ ਸ਼ੈਡੋ ਸਪੇਸ 24 ਦੇਣਾ, 24 ਦੇਣਾ, 48। ਹੁਣ ਇੱਕ ਵੱਡਾ ਹੋ ਕੇ ਕਹੂਗਾ ਮੈਂ ਸੁੱਕਣੇ ਹੱਥ ਫਾੜ ਫਾੜ ਕੇ ਪੈਨਸਲ ਹੱਥ ਪੈ। ਚਲੋ ਜੀ, ਆਡੀਓ ਸਰ। ਹਲੋ ਜੀ, ਐਕਸ਼ਨ। ਸਤਿ ਸ਼੍ਰੀ ਅਕਾਲ ਜੀ, ਅਦਾਬ, ਨਮਸਤੇ। ਐਨੀਵੇ, ਸਾਡਾ ਸ਼ੂਟ ਹੋ ਗਿਆ ਜੀ, ਡਨ, ਬਹੁਤ ਵਧੀਆ ਹੋਇਆ ਅਤੇ ਲੰਬੇ ਆਵਰ। ਥੈਂਕ ਯੂ ਸਾਰਿਆਂ ਦਾ ਅਤੇ ਸਾਡੇ ਵੀਰੇ ਹੁਣੀ ਸੌਂ ਕੇ ਹਟੇ ਆ ਜੀ। ਹੁਣ ਰਾਤ ਦੇ 3 ਵਜੇ ਹੋਇਆ ਜੀ, ਕਾਟਕ ਮੈਂ ਕੋਲ ਹੀ ਲਾਤਾ। ਹਾਂਜੀ, ਅਤੇ ਹਮੇਸ਼ਾ ਦੀ ਤਰ੍ਹਾਂ ਦੀਪ ਵੀਰੇ ਦਾ ਮਿਊਜ਼ਿਕ, ਕਰਨ ਔਜਲਾ, ਰਿਹਾਨ ਰੈਕਰਡਸ, ਅਤੇ ਵੀਡੀਓ ਜਲਦੀ ਆ ਚੁੱਕੀ ਹੋਈ ਹੈ। ਸਾਰਿਆਂ ਨੂੰ ਓਨਲੀ ਸੁੱਖ ਸੰਘੇੜਾ, ਤੁਸੀਂ ਸਾਰਿਆਂ ਨੇ ਦੇਖ ਲਈ, ਹੋਪਫੁਲੀ ਸਾਰਿਆਂ ਨੂੰ ਵਧੀਆ ਲੱਗੀ ਹੋਊਗੀ। ਅਤੇ ਬਹੁਤ ਘੈਂਟ ਸ਼ੂਟ ਰਿਹਾ, ਕੱਲ੍ਹ ਵੀ ਬਹੁਤ ਫਨ ਹੋਇਆ, ਅੱਜ ਵੀ ਬਹੁਤ, ਆਲਵੇਜ਼ ਫਨ ਹੁੰਦਾ ਸੁੱਖ ਵੀ ਉਹਨਾਂ ਸ਼ੂਟ 'ਤੇ। ਅਤੇ ਅੱਗੇ ਵੀ ਬਹੁਤ ਕੁਛ ਆ ਰਿਹਾ, ਇੱਦਾਂ ਹੀ ਦੇਖਦੇ ਰਹੋ ਅਤੇ ਆਪਣੇ ਨਾਲ ਦੇ ਨੂੰ ਦਿਖਾਉਂਦੇ ਰਹੋ। ਥੈਂਕ ਯੂ ਸੋ ਮਚ ਜੀ, ਲਵ ਯੂ। ਬਾਕੀਆਂ ਦੀਆਂ ਪਾਰੀਆਂ ਪਾਰੀਆਂ ਦਿਓ ਬਈ, ਬਣਾਉਣ ਵਾਲਾ ਮੈਸੇਜ।